ਵਧੀਆ ਰਿਹਾ ਬੱਚਿਆਂ ਲਈ, ਹਰੇਕ ਲਈ ਐਮਰਜੈਂਸੀ ਨੂੰ ਬਹੁਤ ਕੰਮ ਆਉਂਦਾ ਹੈ। ਨਿਕਲ ਕੇ ਜੀ ਬਾਹਰ ਜਾ ਰਹੇ ਹਾਂ ਹੋਟਲ ਤੋਂ, ਪੁਰਾਣੇ ਦਵਾਈ ਜਿਹੜਾ ਪਹਿਲਾਂ ਦਵਾਈ ਬਹੁਤ ਦਹਿਰਾ ਦੇਖਦੇ, ਬਾਕੀ ਜਾ ਕੇ ਕੀ ਸ਼ੋਪਸ 'ਚ ਹੈ ਕੀ ਇੱਥੇ ਹੈਗਾ ਹੈ। ਤਾਂ ਹੀ ਲੋਕ ਇੱਥੇ ਆਉਂਦੇ ਹੈ ਘੁੰਮਣ ਲਈ, ਗੋਲਡ ਲਈ ਸਪੈਸ਼ਲ ਦੁਬਈ। ਕਸਟਮ ਵਾਲੇ ਪੁੱਛਦੇ ਹੈ ਵੀ ਦੁਬਈ ਤੋਂ ਆਏ ਹੈ ਤੁਸੀਂ, ਕੁਛ ਨਾ ਕੁਛ ਲੈ ਕੇ ਆਏ ਹੋਣੇ। ਇਹ ਦੇਖੋ ਜੀ, ਕੱਲ੍ਹ ਜਦੋਂ ਤੁਸੀਂ ਦੁਬਈ ਆਉਂਦੇ ਹੈ ਤਾਂ ਤੁਹਾਡੀ ਇਮੀਗ੍ਰੇਸ਼ਨ ਹੁੰਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਵੀਜ਼ਾ, ਜਦੋਂ ਨਹੀਂ ਵੀਜ਼ਾ ਚੈੱਕ ਕਰਕੇ ਜਦੋਂ ਤੁਹਾਡੀ ਸਟੈਂਪ ਲਾਉਂਦੇ ਆ, ਨਾਲ ਤੁਹਾਡੇ ਪਾਸਪੋਰਟ ਦੇ ਇੱਥੇ ਸਿਮ ਦੇ ਦਿੰਦੇ ਆ, ਜਿਹਦੇ ਵਿੱਚ ਕਿ ਥੋੜ੍ਹਾ ਜਿਹਾ ਡਾਟਾ ਇਹ ਮਿਲਦਾ ਹੈ, ਫ੍ਰੀ ਸਿਮ, ਫ੍ਰੀ 1 GB। ਅਤੇ ਹੁਣ ਅਸੀਂ ਇਹ ਪਾ ਕੇ ਆਪਣੇ ਫੋਨ 'ਚ, ਕੱਲ੍ਹ ਤਾਂ ਅਸੀਂ ਹੋਟਲ ਦੇ ਵਾਈਫਾਈ ਨਾਲ ਸਾਰ ਲਿਆ, ਆਹ ਪਾ ਕੇ ਹੁਣ ਕੀਤਾ ਕਨੈਕਟ ਅਤੇ ਚੱਲ ਪਿਆ ਦੁਬਈ ਕਰਕੇ ਆਉਂਦਾ ਲਿਖਿਆ ਵਾ। ਇਹ ਤੁਹਾਨੂੰ ਐਮਰਜੈਂਸੀ ਲਈ ਹੁੰਦਾ, ਜਿਵੇਂ ਕਿ ਤੁਸੀਂ ਹੁਣ ਮੈਟਰੋ ਤੋਂ ਜਾਂ ਕਿਤੇ ਜਾਣਾ ਜਾਂ ਲੋਕੇਸ਼ਨ ਲਾਉਣੀ ਹੈ ਸਮਥਿੰਗ, ਤਾਂ ਉੱਥੇ ਕੰਮ ਆ ਜਾਂਦਾ। ਉਹ ਤੋਂ ਬਾਅਦ ਤੁਸੀਂ ਆਪਣਾ ਰੀਚਾਰਜ ਕਰਾ ਲਓ। ਇਹ ਵੀ ਇੱਕ ਅੱਛੀ ਚੀਜ਼ ਹੈ ਕਿ ਤੁਸੀਂ ਕਿਸੇ ਹੋਰ ਕੰਟਰੀ ਜਦੋਂ ਉਤਰਦੇ ਹੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਉਹ ਸਾਨੂੰ ਸਿਮ ਪਹਿਲਾਂ ਹੀ ਦੇ ਦਿੰਦੇ ਆ ਫ੍ਰੀ ਆਫ ਕੋਸਟ ਵਿੱਚ। ਵਿੱਚ ਸਾਰਾ ਕੁਛ ਹੁੰਦਾ ਹੈ, ਤੁਹਾਡੀ ਪਿੰਨ ਵੀ ਹੁੰਦੀ ਹੈ ਜਿਸ ਤਰ੍ਹਾਂ ਦੇਖੋ, ਸਿਮ ਪਾਉਣ ਲਈ ਸਿਮ ਤੁਸੀਂ ਆਟੋਮੈਟਿਕ ਆਪਣੇ ਆਪ ਹੀ ਕਰਕੇ, ਸਾਡੇ ਕੋਲ ਤਾਂ ਡਿਊਲ ਸਿਮ ਫੋਨ ਹੀ ਹੈਗੇ ਆ, ਇੱਕ ਸਿਮ ਪਹਿਲਾਂ ਸੀ ਇੱਕ ਹੋਰ ਪਾ ਲਿਆ। ਤਾਂ ਵਧੀਆ ਰਿਹਾ ਬੱਚਿਆਂ ਲਈ, ਹਰੇਕ ਲਈ ਐਮਰਜੈਂਸੀ ਨੂੰ ਬਹੁਤ ਕੰਮ ਆਉਂਦਾ ਹੈ, ਅੱਛੀ ਚੀਜ਼ ਹੈ। ਚੱਲ ਪਏ ਜੀ ਤਿਆਰ ਹੋ ਗਏ ਇੱਕ ਵਾਰ ਫਿਰ ਤੋਂ, ਨੀਚੇ ਨੀਂਦ ਵੀ ਆ ਚੁੱਕੇ ਹੈ, ਉਹ ਕਹਿੰਦੇ ਅੱਜ ਵੀ ਤੁਹਾਨੂੰ ਅਸੀਂ ਘੁੰਮਾਉਣਾ ਹੈ ਫਿਰ, ਬਹੁਤ ਕੱਲ੍ਹ ਇੰਜੋਏ ਕਰਾਇਆ, ਅੱਜ ਫਿਰ ਨਿਕਲ ਰਹੇ। ਦੇਖਦੇ ਵੀਰ ਨੇ ਕੀ ਪਲੈਨ ਕੀਤਾ ਵਾ, ਇਹ ਕਿੱਥੇ ਲੈ ਕੇ ਜਾਣਾ। ਨਿਕਲ ਕੇ ਜੀ ਬਾਹਰ ਜਾ ਰਹੇ ਹਾਂ ਹੋਟਲ ਤੋਂ, ਬਾਈ ਜੀ ਦੀ ਗੱਡੀ ਬਾਹਰ ਖੜ੍ਹੀ ਹੋਣੀ, ਦੇਖਦੇ ਕਿਹੜੀ ਸਾਈਡ ਹੈ। ਲਓ ਜੀ ਉਹ ਖੜ੍ਹੇ ਬਾਈ ਜੀ ਦੀ ਗੱਡੀ ਸਾਹਮਣੇ, ਨਿਸ਼ਾਨ ਦੀ ਟਰੱਕ। ਕੱਲ੍ਹ ਵੀ ਬੜਾ ਇੰਜੋਏ ਕਰਾਇਆ, ਅੱਜ ਵੀ ਨਿਕਲ ਗਏ ਧੁੱਪ ਹੋ ਗਈ ਦੁਬਾਰੇ ਬੈਠੇ ਵੀਰ ਗੱਡੀ। ਉਹ ਆਜਮ ਦੇਖੀ ਸੱਸੇ ਵੀਰ ਜੀ, ਹਾਂ 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 ਲਿਆ ਡਿੱਗੀ 'ਚ। ਹੋਰ ਬੇਟੀ ਠੀਕ ਠਾਕ? ਚੱਲ ਪਈ ਫਿਰ ਨਿੰਦੀ ਵੀਰ ਨਾਲ, ਹੁਣ ਜਾ ਰਹੇ ਅਸੀਂ ਗੋਲਡ ਸੂਕ, ਇੱਥੇ ਸਾਡੇ ਹੋਟਲ ਦੇ ਨੇੜੇ ਹੀ ਹੈ ਇਹ। ਇੱਥੇ ਥੋੜ੍ਹਾ ਟਾਈਮ ਸਪੈਂਡ ਕਰਕੇ ਜੇ ਕੋਈ ਚੀਜ਼ ਲੱਗੀ ਸਾਨੂੰ ਤਾਂ ਬਾਏ ਕਰੂੰਗੇ, ਨਹੀਂ ਤਾਂ ਇਸ ਤੋਂ ਬਾਅਦ ਨੈਕਸਟ ਕਿਹੜਾ ਮਿਊਜ਼ੀਅਮ ਹੈ, ਫਿਊਚਰ ਮਿਊਜ਼ੀਅਮ ਦੇਖਣ ਲਈ। ਨਿਕਲ ਗਏ ਜੀ ਹੁਣ ਹੋਟਲ ਤੋਂ, ਬਸ ਪਹੁੰਚ ਜਾਣਾ ਥੋੜ੍ਹੀ ਦੇਰ 'ਚ। ਇਹ ਗੋਲਡ ਸੂਕ ਜਾਂਦੇ ਵੀ ਰਾਸਤੇ 'ਚ ਉੱਥੇ ਵੀ ਕਾਫੀ ਵੱਡੀ ਵੱਡੀਆਂ ਬਿਲਡਿੰਗਾਂ ਪੂਰੀਆਂ, ਕਿਉਂਕਿ ਦੁਬਈ 'ਚ ਅਸੀਂ ਡੇਰਾ ਜਗ੍ਹਾ ਜੀ, ਇਹ ਡੇਰਾ 'ਚ ਡੇਰਾ ਦੁਬਈ ਹੈ ਜੀ, ਇਹ ਇੱਕ ਗੁਰਦੁਬਈ ਹੈ ਨਾ। ਓਕੇ ਜੀ, ਬੈਂਕ ਆਫ ਬਰੋਡਾ ਦੀ ਬ੍ਰਾਂਚ। ਇਹ ਜੀ ਡੌਗ ਕਰੂਜ਼ ਜਿਹੜੇ ਰਾਤ ਨੂੰ ਇੱਥੇ ਭਾਅ ਜੀ ਅਸੀਂ ਲਾਸਟ ਟਾਈਮ ਘੁੰਮੇ ਸੀ ਦੇਖੇ ਯੋਟ 'ਤੇ। ਅੱਛਾ ਜਦੋਂ ਮੈਂ ਉਹਦੇ 'ਤੇ ਦੇਖਦਾ ਤਾ ਨਾ ਗੂਗਲ ਮੈਪ 'ਤੇ, ਐਂ ਦਿਖਾ ਰਿਹਾ ਤਾ ਗੋਲ ਸੂਕ ਜਿਸ ਤਰ੍ਹਾਂ ਵਿੱਚੇ ਬੈਠੇ ਅਸੀਂ, ਜਾਂ ਫਿਰ ਉਹ ਮੈਟਰੋ ਨਾਲ ਹੀ ਦੇਖ ਰਿਹਾ, ਮੈਟਰੋ ਤੋਂ ਨੇੜੇ ਪੈਂਦਾ ਹੁਣ ਮਤਲਬ ਹੈ, ਉਹ ਵਿੱਚੋਂ ਵਿੱਚ ਲੰਘ ਜਾਂਦੇ ਹੁਣ। ਬੱਚਿਆਂ ਨੇ ਐਮ ਆਈ ਦਾ ਸਟੋਰ ਦੇਖਿਆ ਹੋਇਆ, ਕਹਿੰਦੇ ਸਕਰੀਨ ਰੈਡ ਪਾਉਣਾ ਇੱਥੇ, ਐਮ ਆਈ ਦਾ ਫੋਨ ਹੈ ਇਹਨਾਂ ਕੋਲ ਬੱਚਿਆਂ ਦਾ, ਰੈਡਮੀ ਅਤੇ ਸਜ਼ੂਕੀ ਵਾਲਿਆਂ ਦਾ ਵੀ ਹੈ। ਅਸੀਂ ਪੁਰਾਣੇ ਦਵਾਈ 'ਚ ਜਿਹੜਾ ਪਹਿਲਾਂ ਦਵਾਈ ਬਹੁਤ ਦਹਿਰਾ ਇਹਦੇ 'ਚ।
ਆ ਗਏ ਜੀ ਗੋਲ ਸੂਕ ਦੇ ਬਿਲਕੁਲ ਨੇੜੇ ਐਂਟਰੀ ਦੇ ਵੀ ਦੇਖੋ ਬੋਲਦੇ ਆ ਦੁਕਾਨਾਂ ਦੇ ਉਹ ਸਾਹਮਣੇ ਹਾਂ ਹੋ ਗਿਆ ਤੇ ਪੂਰਾ ਏਰੀਆ ਗੋਲ ਸੂਕ ਦੇ ਨੇੜੇ ਹੀ ਆ ਨੇ ਪਾਰਕਿੰਗ ਲੱਭਦੇ ਫਿਰ ਰਹੇ ਨਾ ਜੀ ਪਾਰਕਿੰਗ ਦੀ ਜਗ੍ਹਾ ਕਿਉਂਕਿ ਇੱਥੇ ਔਖਾ ਪਾਰਕਿੰਗ ਨਹੀਂ ਨਾ ਗੱਡੀ ਇੱਥੇ ਨੇੜੇ ਨਹੀਂ ਸਾਨੂੰ ਮਿਲੀ ਸਾਰੀ ਸ਼ੋਪਸ जबरदस्त एरिया मालाबार गोल्ड एंड डायमंड परफ्यूम दे शॉप से ना विराती बहुत आते गोल्ड के जाते हैं भाई दुबई गोल्ड सूख आ गए जी गोल सूख ये हो गया एंटर इतो मेरे को एंट्री है जी गोल सूख की देखते बाकी जाके की शॉप्स है की इतने है देखने लगी ਹੋਰ ਤਾਂ ਕੋਈ ਨਹੀਂ ਸ਼ੋਪਿੰਗ ਦਾ ਬਾਕੀ ਜਾਏ ਤਾਂ ਪਤਾ ਲੱਗੂਗਾ ਹੁਣ ਇਹ ਸ਼ੋਪ ਸਾਰੀਆਂ ਗੋਲਡ ਏ ਗੋਲਡ ਜ਼ਿਆਦਾ ਗੁਜਰਾਤੀ ਹੈ ਇੱਥੇ ਇਹ ਮਾਲਾਬਾਰ ਗੋਲਡ ਇਹ ਸਾਹਮਣੇ ਐਂਟਰੀ 'ਤੇ ਹੀ ਹੈ नेशनल पूरी मार्केट गोल्ड दी है ये देखो जी इतों मैं सेंटर चो खड़ के वीडियो बना रहा इतने आले दुआले सारे पासे दे रस्ते हैं इधर जाना तो सारे गोल्ड दी शॉप्स हैं जिते मर्जी देखो राइट लैफ्ट राइट आ जाओ हूँ किसी शॉप के अंदर जाके भी देखिए कोई प्रोडक्ट ये देखो जी वाओ किड़े किड़े हैवी पूरे ताही लोग इतने आने घूमने लिये गोल्ड लिये स्पेशल दुबई देखो नाले डिजाइन जबरदस्त बहुत ये ब्रेसलेट कड़े बहुत हैवी हैवी मोटिया चैना चैना कद संगले हैं तो पूरे पूरी मार्केट सिर्फ इसी की है मशहूर हाँ चल पे जी गोल्ड सूक तो कर ली शॉपिंग एक्चुअली इतनी तो विंडो शॉपिंग है पर चलो नाम शॉपिंग तो आ गया नाल क्योंकि इतने समझ नहीं लगता जो आप इंडिया के हिसाब से सेम रेट ही पैंता है इस करके कोई फायदा नहीं बाद चो एयरपोर्ट पर भी तुम जवाब देंगे फिर उत्थे जे कस्टम वाले पूछते हैं भी दुबई तो आए हैं तुम कुछ ना कुछ लेके आए होने इस करके मेरा तो यही आइडिया है भी अपने इंडिया तो ही लो तो बैटर है या तो इतने फर्क हो गए फिर तो मनिया बट मैं कोई फर्क नहीं लग्या जिन्नी कि मैं इतने इनू मल्टीप्लाई करके देखिया उस हिसाब न इंडिया नाल तां सेम रेट ही पिया पर ग्राम का जिस तरह अपने उत्थे तोला चलता है 10 ग्राम का एक तोला तो इतने भी जो गुणा की तो उ रेट से लग्या मैं बराबर इस करके मैं तो कुछ नहीं बाय किया मेरा तो यही थानू भी सुझाव है भी उत्थे कस्टम वाले जवाब देने नाल उत्थां इंडिया तो ही ले लो इतने तुम जरूर आओ देख बहुत वधिया वधिया अंदर इन्हां दे डिजाइन बहुत जबरदस्त सब कुछ बहुत जबरदस्त ही एक्सपीरियंस बहुत वधिया रहा घूमने का उत्थे ले रहा जी गोल्ड सूक ये कई तरह तो कई पास तो एंट्री है 3 नंबर गेट तो एंटर हुए जी 3 नंबर तो ही एग्जिट हो रहे हैं की कहने शिप ये देखो जी बड़े बड़े यॉट खड़े वाह
ਅੱਛਾ 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 ਲੰਬੇ ਟੂਰ ਹੈ ਉਹ ਵਾਲਾ ਠੀਕ ਹੈ ਇਹ ਯਾਟ ਹੈ ਜਿਹੜੇ ਵੱਡੇ ਟ੍ਰਿਪ ਹੁੰਦੇ ਨਾ ਇੱਥੋਂ ਸਿੱਧਾ ਲੰਡਨ ਜਾਣਾ ਆ ਹੋਰ ਲੰਬਾ ਕਈ ਮਹੀਨਿਆਂ 'ਚ ਹੁੰਦਾ ਜਿਹੜਾ ਉਹ ਵਾਲੇ ਯਾਟ ਹੈ ਵੱਡੇ ਇਹ ਇਹਨਾਂ 'ਚ ਹਰੇਕ ਫੈਸਿਲਿਟੀ ਹੁੰਦੀ ਅੰਦਰ ਫਿਰ ਹੈ ਨਾ ਇੱਥੋਂ ਚੱਲਦੇ ਹਾਂ ਇਹ ਵਾਹ ਜੀ ਵਾਹ ਕਿੱਡੇ ਵੱਡੇ ਵੱਡੇ ਅਸੀਂ ਤੁਸੀਂ ਆ ਲਿਆ ਇੱਧਰ ਨਾ ਹੁਣ ਬਹੁਤ ਸ਼ਾਨਦਾਰ ਹੈ ਜ਼ਬਰਦਸਤ खड़ा ही सब तो बड़ा केड़ा अश क्या नाम है क्वीन एलिजाबेथ टू करके उसके नाम ते है ये शिप है सारा जो सामने दिख रहा समुद्री जहाज बहुत बड़ा है ये फ्लोर मिले जी इत्थे आटे की पूरी सारी मार्केट जी इत्थे देरा च कंप्यूटर दी है सारी ए टू जेड पूरा हरेक तरह का लैपटॉप कंप्यूटर सैमसंग एच पी देखो प्रोपर एन सारी इक्के मार्केट है इतों असं हम एंटर होना बर्दवाई चाहिए बर्दवाई चाहिए देहरा तो निकले